shoot on us, ठीक है जी? चौधरी नीफ. In 800 meters, turn left onto top side of scar. अरे अरे, वो नहीं छड़ता. हाँ. तो मार्केट तो ये हलों देखो ये हलों जितें. हैं? दुकान है मार्केट जड़ी सी. अरे तो चाय शानी लगनी थोड़ा. नहीं चार ही जगह दिखा लो ना. मेरे नाश्ता चार ना. वो तो नहीं. अच्छा टाउन है जी बिल्कुल पाकिस्तान वाले ना हो काम ने सारे थे. तुसी एक चीज नोट की थी पीछे जी की बिल्डिंगा ने ये जड़ी बिल्डिंगा ना सिस्टम में सारे पाकिस्तान वाले सारा सवाय छत तो. हां सरिया सी वो ही सरिया सी मत इस्तेमाल कर दी चीज ना इस्तेमाल बिल्कुल इंजे ही एसी लगे कार कार. हां देखो शेड निकले बाहर सी मत जा सिर्फ छत तो गए अच्छी बिल्डिंग है. Turn left onto top side disc and then turn right onto Koza Rakastara. हाँ ठीक है जिधर खड़ा पे फिर उधर ही जाना. Right onto Koza Rakastara. Koza Rakastara. I suddenly mean this. The Koza one mean this. Anyway, get it. Got mixed up. Now come on, yeah. Continue on Koza Rakastara for 1 kilometer. यार exact ऐसा ही है जब पाकिस्तानी. दाला ये जो जगह जाने है ना सालों पाकिस्तान की feeling आ रही है. क्या जे? ये Austria जी और मैं Austria में. ਰਾ ਬੰਦਾ ਜਿਵੇਂ ਕਿੱਕ ਮਾਰ ਰਿਹਾ ਨਾ ਮੋਟਰਸਾਈਕਲ ਨੂੰ ਯੇ ਯੇ ਔਰ ਨੂੰ ਕੋਈ ਪਤਾ ਨਹੀਂ ਰੋਡੇ ਵਿੱਚ ਹੀ ਖਲਤੇ ਆ ਜਿਆ ਮਤਲਬ ਇਹਨਾਂ ਦੀ ਹਰਕਤ ਉਹ ਤਾਂ ਪਤਾ ਚੱਲ ਰਿਹਾ ਹੈ ਇਹਨਾਂ ਕੋ ਅਸਰ ਹਮਾਰਾ ਹੈ ਇਹਨਾਂ ਕੋ ਹਮਾਰਾ ਅਸਰ ਹੈ ਨਹੀਂ सड़क के बिल्कुल ऊपर ये ना ये देखे ओ बड़ी दूर तक मार्केट है बड़ी बड़ी मार्केट है बड़ी बड़ी मार्केट है हमारे पास जगह होती है हम यकीन नहीं आते देखते कुछ ना कुछ लेने की कोशिश भी करते और पीछे चौधरी ने मेरा लाना है तो एक ही मेरा लाना है गाल जैसी वेरी स्लो करना ना चलो 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 पिछले ने भी राल लाने देना तो दागा कर लेते उन्हें जले टाइम जी नाल जुड़ने ना उसले नहीं जुड़िया सिक्योरिटी कैमरे भी लगे हुए मारे ये और भी बड़ा सस्ता सस्ता माल है ਉੱਥੇ ਸਾਡੇ ਲਾਲ ਆਪਣਾ ਆ ਗਿਆ ਨੇ ਅੱਜ ਜਿਹੜੀ ਦੇਖੇ ਜੀ ਦੇਖੇ ਜੀ ਸਮਾਨ ਦੇਖੇ ਸਹੀ ਗੱਲ ਹੈ ਸਮਾਨ ਦੀ ਜਗ੍ਹਾ ਹੁੰਦੀ ਨਾ ਤੇ ਇੱਥੇ ਇਹਨਾਂ ਕੋਲ ਜ਼ਰੂਰ ਰੁਕਣਾ ਸੀ ਜਿਹੜੇ ਨਾ ਜਿਹਨਾਂ ਕੋਲ ਟੂਲ ਵਗੈਰਾ ਪਏ ਨੇ
ਸ਼ੁਗਲ ਜ਼ਰੂਰ ਲੱਗਣਾ ਸੀ ਇੱਥੇ ਸ਼ਹਿਰ ਲੈਂਦੇ ਭਾਵੇਂ ਨਾ ਵੱਖਰੀ ਗੱਲ ਹੈ ਵਾਹ ਜੀ ਵਾਹ ਵਾਹ ਜੀ ਵਾਹ ਇਹ ਕਿਹੜੀ ਬਿਲਡਿੰਗ ਹੈ ਮਜ਼ਾ ਆਇਆ ਪਤਾ ਨਹੀਂ ਸੰਡੇ ਬਾਜ਼ਾਰ ਟਰੈਕਟਰ ਵੀ ਸੇਲ ਤੇ ਰਹੇ ਚੀਜ਼ਾਂ ਵੀ ਜੀ ਉਹ ਪਿੱਛੇ ਜਿਹੜੀਆਂ ਨੇ ਵਾਈ ਜੀ ਬੀ ਦੇਖੋ ਜੀ ਹਰ ਜਗ੍ਹਾ ਤੇ ਸੰਡੇ ਬਾਜ਼ਾਰ ਅਸੀਂ ਸਮਝਦੇ ਸਾਂ ਕਿ ਨਹੀਂ ਰਹੇ ਪਾਕਿਸਤਾਨ 'ਚ ਹੀ ਕੰਮ ਹੁੰਦਾ ਇੱਥੇ ਤੇ ਹਰ ਥਾਂ 'ਤੇ ਜਨਾਬ ਲੰਡਾ ਬਾਜ਼ਾਰ ਲੰਡਾ ਬਾਜ਼ਾਰ ਬਿਲਕੁਲ ਇਹਨੂੰ ਪਾਕਿਸਤਾਨ ਕਹਿੰਦੇ ਲੰਡਾ ਬਾਜ਼ਾਰ ਆਹੋ ਇਹ ਬਿਲਡਿੰਗ ਵੇਖਦਾ ਚੈੱਕ ਕਰ ਲਾ ਵਿਹੜੇ ਵਿੱਚ ਲਾਈ ਵਿਹੜੇ ਵਿੱਚ ਲੱਗੀ ਪਈ ਹੈ ਐ ਗੋਣ ਕੀ ਪਿਆਉਂਦਾ ਵੀ ਜਿਹੜੇ ਨਾ ਕੋਈ ਫਸਲ ਹੀ ਹੈ ਨਾ ਸੂਰਜਮੁਖੀ ਨੀ ਉਹੀ ਹੈ ਉਹੀ ਹੈ ਇੰਝ ਗੱਲ ਹੈ ਇੰਝ ਹੀ ਲੱਗਦਾ ਜਿਵੇਂ ਕਿਸੇ ਪਿੰਡ ਵਾਲ ਮੈਂ ਦੱਸਿਆ ਨਾ ਜਨਾਬ ਇੱਥੋਂ ਜੇ ਵੀਡੀਓ ਬਣਾਓ ਸਾਰਿਆਂ ਬੰਦਿਆਂ ਨੇ ਆਉਣਾ ਪਾਕਿਸਤਾਨ ਹੀ ਨੇ ਐਵੇਂ ਫਰਾਡੀਆਂ ਲਾਉਂਦੇ ਫਿਰਦੇ ਨੇ ਕਿੱਥੇ ਬਾਈ ਰੋਡ 'ਤੇ ਰਾਹ ਹੀ ਕੋਈ ਨਹੀਂ ਮੈਨੂੰ ਕਈ ਬੰਦੇ ਕਹਿੰਦੇ ਨੇ ਉਹ ਐਵੇਂ ਸ਼ਹਿਰ ਹੈ ਉਹ ਯਾਰ ਆ ਬੰਦਾ ਬੜਾ ਵੱਡਾ ਫਰਾਡ ਜੇ ਮੈਨੂੰ ਕਮੈਂਟ ਦੇ ਵਿੱਚ ਨੇ ਆਖਿਆ ਉਹਨੇ ਕਿਹਾ ਭਾਅ ਜੀ ਇਹ ਬੰਦਾ ਬੜਾ ਵੱਡਾ ਫਰਾਡ ਜੇ ਰਾਹ ਵਿੱਚ ਸਮੁੰਦਰ ਆਉਂਦਾ ਅਤੇ ਇਹਦੀ ਗੱਡੀ ਕੋਈ ਖਾਸ ਕਿਸਮ ਦੀ ਹੈ ਜਿਹੜੀ ਸਮੁੰਦਰ ਦੇ ਥੱਲਿਓਂ ਲੰਘ ਜਾਂਦੀ ਹੈ ਉਹ ਮੈਂ ਕਿਹਾ ਸਾਦਿਆ ਉਹ ਮੇਰੇ ਆ ਭਰਾਵਾ ਉਹ ਸਮੁੰਦਰ ਜੇ ਆਵੇ ਤਾਂ ਸਮੁੰਦਰ ਵਿੱਚ ਜਹਾਜ਼ ਚੱਲਦੇ ਆ ਨਹੀਂ ਤੂੰ ਸੁਣਿਆ ਤੂੰ ਨੀਰਾ ਇੰਨਾ ਹੀ ਸੁਣਿਆ ਕਿ ਸਮੁੰਦਰ ਮੌਜੂਦ ਹੁੰਦੇ ਨੇ ਰਾਹ ਵਿੱਚ ਓਵਰਆਲ ਕੁਝ ਲੋਕ ਆਪਣੇ ਆਪ ਨੂੰ ਅਕਲੇ ਕੁੱਲ ਸਮਝਦੇ ਨੇ ਉਹ ਸਮਝਦੇ ਨੇ ਕਿ ਬਸ ਅਸਾਂ ਜੋ ਕਹਿਤਾ ਉਹ ਹੀ ਠੀਕ ਹੈ ਦੇਖੋ ਜੀ ਦੇਖ ਲਓ ਨਹੀਂ ਯਕੀਨ ਤਾਂ ਦੇਖ ਲਓ ਕਿਧਰੇ ਵੀ ਤੁਸੀਂ ਜਾਓ ਆਪਣੇ ਮੋਟਰਸਾਈਕਲ 'ਤੇ ਵੀਡੀਓ ਬਣਾਓ ਅਤੇ ਇੰਝ ਦੇ ਹੀ ਨਜ਼ਾਰੇ ਆਵਣ ਦੇ ਪਾਕਿਸਤਾਨ ਇਹਨਾਂ ਤੋਂ 19-20 ਦਾ ਫਰਕ ਹੀ ਹੋਵੇ ਤਾਂ ਮਸਾਂ ਜੀ ਹੋਇਆ ਵੀ ਤਾਂ ਸਾਰੀ ਗੱਲ ਜਿਨ੍ਹਾਂ ਨੂੰ ਇਹੋ ਜਿਹੇ ਨਜ਼ਾਰੇ ਵੇਖਣ ਨੂੰ ਲੱਭਣੇ ਨੇ ਆਸਾਂ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਵਿਖਾਉਣੀਆਂ ਨੇ ਅਤੇ ਉਹਨੇ ਤਾਂ ਇਹੀ ਕਹਿਣਾ ਕਿ ਭਾਅ ਜੀ ਵਾਕਈ ਇਹ ਪਿੰਡ 'ਚ ਹੀ ਬੈਠੇ ਨੇ ਕਰੋ ਬਈ ਮੈਨੂੰ ਮੁਸਲਸਲ ਫੀਲਿੰਗ ਆ ਰਹੀ ਹੈ ਪਾਕਿਸਤਾਨ ਵਾਲੀ ਫੀਲਿੰਗ ਮੁਸਲਸਲ ਹੀ ਇੰਝ ਲੱਗਦਾ ਮੈਂ ਪਾਕਿਸਤਾਨ ਵਿੱਚ ਪਿਆ ਫਿਰਨਾ ਮੈਨੂੰ ਔਰ ਸ਼ੋਰਟੀ ਦੀ ਲੋੜ ਪੈ ਗਈ ਹੈ ਕਿ ਮੈਂ ਮੰਗਲਾ ਫਾਟਕ ਤੇ ਆ ਗਿਆ ਮੰਗਲਾ ਫਾਟਕ ਹੈ ਨਾ ਇਹ ਵੇਖਿਆ ਇਹ ਜਨਾਬ ਬੈਰੀਅਰ ਲੱਗੇ ਜੇ ਮੰਗਲਾ ਫਾਟਕ ਵਾਲੇ ਅਸੀਂ ਜਨਾਬ ਮੰਗਲਾ ਫਾਟਕ ਪਹੁੰਚੇ ਖਲੋਤੇ ਸਰਬੀਆ ਵਿੱਚ ਉਹ ਸਾਹਮਣੇ ਖੋਖਾ ਕੀ ਹੈ ਜੇ ਨਹੀਂ ਲੈਫਟ ਹੋਣਾ ਜੇ ਕੇ ਵੇਖੋ ਵਾਲਾ ਅੱਛਾ ਚਲੋ ਜਿੱਦੇ ਆਖਦੇ ਜਿੱਦੇ ਤੁਹਾਨੂੰ ਲੱਗਦਾ ਉੱਧਰ ਜਾਣ ਦਿਓ
ਕਿਉਂਕਿ ਜਾਣਾ ਤੁਸਾਂ, ਗੱਡੀ ਤੁਸਾਂ ਚਲਾਉਣੀ, ਤੁਹਾਨੂੰ ਪਤਾ ਕਿੱਧਰ ਜਾਣਾ, ਜਾਓ ਹੁਣ ਵਾਕਈ ਹੁਣ ਅਸਾਂ ਇੱਥੋਂ ਦੀ ਜਾਣਾ। ਵੇਖਦੇ ਜੀ ਰੇੜੀਆਂ ਖੋਖੇ ਐਗਜ਼ੈਕਟ ਪਾਕਿਸਤਾਨ ਵਾਲਾ ਸਿਸਟਮ ਹੈ ਜੀ। ਗੱਡੀ ਉੱਥੇ ਥੱਲੇ ਲਾ ਕੇ ਉੱਥੇ ਰਿਵਰਸ ਕਰ ਲਿਓ, ਉਹਨੇ ਵੀ ਆ ਗਿਆ ਚੌਧਰੀ ਤੋਂ ਪਿੱਛਾ ਵਾਲੀ ਗੱਲ ਕੋਈ ਨੀ, ਮੈਂ ਫਿਰ ਤੁਹਾਡੇ ਪਿੱਛੇ ਹੀ ਹੈ ਸਾਰੀਆਂ ਛੁੜਿਆ, ਮੈਂ ਪਿੱਛੇ ਹਾਂ, ਮੈਂ ਜੋਈ ਸਾਹਿਬ ਤੁਹਾਡੇ ਪਿੱਛੇ ਹੀ ਹੈ। ਬਿਲਕੁਲ ਜੀ ਉਹੀ ਰੇਹੜੀਆਂ ਹੈ ਤਾਂ ਕੌਣ ਬਾਹਰ ਦੱਸਣੀਆਂ ਸਨ ਪਿਛਲੀਆਂ ਰੇਹੜੀਆਂ, ਉਹ ਦੱਸੀਆਂ ਨੇ ਨਾ ਜਾਂਦੀ ਵਾਰੀ ਤੇ ਬਣਾਈਆਂ ਨਾ ਜੀ। ਮੈਂ ਤਾਂ ਕਹਿੰਦਾ